ਸਤਿ ਸ਼੍ਰੀ ਅਕਾਲ ਜੀ, ਵੈਲਕਮ ਟੂ ਪ੍ਰੀਤ ਐਂਡ ਜੋਤ ਵਲੌਗਸ। ਗੁੱਡ ਮਾਰਨਿੰਗ ਜੀ, ਕੀ ਹਾਲ ਚਾਲ ਹੈ ਸਾਰਿਆਂ ਦਾ। ਮੈਂ ਕਿਹਾ ਅੱਜ ਦੀ ਸ਼ੁਰੂਆਤ ਕਰੀਏ ਵਧੀਆ ਜਿਹੇ ਬੈਕਗਰਾਊਂਡ ਦੇ ਨਾਲ। ਅਤੇ ਸਮਝ ਨਹੀਂ ਆ ਰਿਹਾ ਇੱਥੇ ਨਾ ਇੰਨੀਆਂ ਸਾਰੀਆਂ ਚੀਜ਼ਾਂ ਸੀ, ਮੈਂ ਉਹੀ ਜੋਤੀ ਨਾਲ ਡਿਸਕਸ ਕਰ ਰਿਹਾ। ਮੈਂ ਕਿਹਾ ਯਾਰ ਅੱਜ ਸਵੇਰੇ ਸਾਰਿਆਂ ਦਾ ਸਵਾਗਤ ਕਰੀਏ ਕਿੱਥੋਂ, ਫਿਰ ਅਸੀਂ ਆਪਣੀਆਂ ਹੱਟ ਦੇ ਬਹਿ ਕੇ ਅਤੇ ਇੱਥੇ ਬੈਕਗਰਾਊਂਡ ਦੇ ਵਿੱਚ ਕਰ ਰਹੇ ਹਾਂ ਜੀ। ਅਤੇ ਨਜ਼ਾਰਾ ਸੋਹਣਾ। ਤੇ ਹੁਣ ਕਰਾਂਗੇ ਜੀ ਅੱਜ ਦੇ ਵਲੌਗ ਦੀ ਸ਼ੁਰੂਆਤ। ਹਾਂਜੀ, ਹੁਣ ਅਸੀਂ ਰੈਡੀ ਹੋ ਗਏ ਤੇ ਹੁਣ ਜਾਵਾਂਗੇ ਬ੍ਰੈਕਫਾਸਟ ਲਈ ਬੀਚ ਕੈਫੇ ਉੱਤੇ ਹੀ ਸਿੱਧਾ ਡਾਇਰੈਕਟ। ਤੇ ਹੁਣ ਥੋੜਾ ਜਿਹਾ ਤੁਹਾਨੂੰ ਹੋਰ ਅੱਜ ਦੇ ਦਿਨ ਮਾਰਨਿੰਗ ਦਿਖਾਉਂਦੇ ਆ, ਬੀਚ ਦੇ ਮਾਰਨਿੰਗ ਵੀ ਦਿਖਾਉਂਦੇ ਆ। ਹਾਂ ਠੀਕ ਹੈ, ਤੇ ਚਲੋ ਚੱਲਦੇ ਹਾਂ ਜੀ ਆਪਾਂ। ਮੌਸਮ ਵੀ ਕਲੀਅਰ ਹੋ ਗਿਆ, ਥੈਂਕਫੁਲੀ ਅੱਜ ਮੌਸਮ ਪੂਰਾ ਕਲੀਅਰ ਹੋ ਗਿਆ ਰੱਬ ਦੀ ਕਿਰਪਾ ਨਾਲੇ, ਪੂਰਾ ਬਲੂ ਸਕਾਈ। ਠੀਕ ਹੈ ਜੀ, ਤੇ ਬੀਚ ਵੀ ਸੋਹਣਾ ਲੱਗੂਗਾ। ਚਲੋ ਆਪਾਂ ਤੁਹਾਨੂੰ ਦਿਖਾਉਂਦੇ ਜਾਂਦੇ ਹਾਂ ਜੀ। ਠੀਕ ਹੈ, ਲਓ ਜੀ ਹੁਣ ਚਲੀਏ ਬ੍ਰੇਕਫਾਸਟ ਕਰਨ। ਰੈਸਟੋਰੈਂਟ ਆ ਗਿਆ। ਗੁੱਡ ਮਾਰਨਿੰਗ, ਗੁੱਡ ਮਾਰਨਿੰਗ। ਕਿੱਥੇ ਬਹਿਣਾ ਜੋਤੇ? ਥੱਲੇ ਬਹਿਣਾ ਕਿ ਉੱਤੇ? ਇੱਥੇ ਬਹਿਣਾ ਹੈ। ਕਿੱਥੇ ਬਹਿਣਾ? ਮੈਨੂੰ ਤਾਂ ਲੱਗਦਾ ਥਲਾਉਣ 'ਤੇ ਬਹਿ ਜਾਣਾ। ਥੱਲੇ ਬਹਿਣਾ ਹੈਗਾ, ਚਲੋ ਥੱਲੇ ਬਹਿ ਜਾਂਦੇ ਹਾਂ। ਹੁਣ ਆਪਾਂ ਬੈਠਾਂਗੇ ਜੀ ਇੱਥੇ ਲੌਂਜ 'ਚ। ਦਿਖਾਉਣਾ ਆਓ ਜੀ ਤੁਹਾਨੂੰ, ਦਰਸ਼ਨ ਕਰਾਈਏ ਸਵੇਰ ਦੇ ਬੀਚ ਦੇ। ਆਹ ਦੇਖੋ ਜੀ ਨਜ਼ਾਰਾ। ਮੌਸਮ ਸਾਫ਼ ਹੋਵੇ ਨਾ ਤਾਂ ਵਿਊ ਹੀ ਬਦਲ ਜਾਂਦਾ। ਅੱਜ ਸਮੁੰਦਰ ਵੀ ਇਸ ਟਾਈਮ ਥੋੜ੍ਹਾ ਥੋੜ੍ਹਾ ਬਲੂ ਗ੍ਰੀਨ ਜਿਹਾ ਨਜ਼ਰ ਆ ਰਿਹਾ ਹੈਗਾ। ਅਤੇ ਆਹ ਵੇਖੋ ਜੀ ਨਜ਼ਾਰਾ ਪੂਰਾ। ਹੁਣ ਆਪਾਂ ਕਰਦੇ ਹਾਂ ਜੀ ਨਾਸ਼ਤਾ। ਨਾਸ਼ਤੇ ਤੋਂ ਬਾਅਦ ਫਿਰ ਆਪਾਂ ਜਾਵਾਂਗੇ ਪਾਣੀ ਦੇ ਵਿੱਚ, ਅਤੇ ਉਸ ਤੋਂ ਬਾਅਦ ਫਿਰ ਦੇਖਦੇ ਹਾਂ ਪਾਣੀ 'ਚ ਥੋੜ੍ਹੀ ਮਸਤੀ ਕਰਦੇ ਹਾਂ। ਅੱਛਾ, ਮਿੱਠੂ ਨੂੰ ਅਸੀਂ ਸਮੁੰਦਰ 'ਚ ਅੱਜ ਲੈ ਕੇ ਜਾਵਾਂਗੇ, ਇਹ ਸਵਿਮਿੰਗ ਦਾ ਬਹੁਤ ਸ਼ੌਕੀਨ ਹੈਗਾ। ਹਾਂਜੀ, ਬ੍ਰੇਕਫਾਸਟ ਆ ਗਿਆ ਜੀ, ਅਤੇ ਹੁਣ ਬਸ ਬ੍ਰੇਕਫਾਸਟ ਕਰ ਲਈਏ, ਉਹ ਤੋਂ ਬਾਅਦ ਐਡੀਟਿੰਗ ਕਰਨੀ ਹੈਗੀ ਆ। ਹਾਂ, ਹੈਗੇ ਤਾਂ ਆਪਾਂ ਗੋਆ ਬੀਚ 'ਤੇ ਹਾਂ, ਪਰ ਨਾਸ਼ਤਾ ਸਾਡਾ ਦੇਸੀ ਆ। ਵੇਖੋ ਪੂੜੀ ਭਾਜੀ। ਸੋ ਚਲੋ ਜੀ ਬ੍ਰੇਕਫਾਸਟ ਕਰਕੇ ਫਿਰ ਨੈਕਸਟ ਦੇਖਦੇ ਹਾਂ ਕੀ ਕਰਨਾ। ਥੋੜ੍ਹੀ ਜਿਹੀ ਵੀਡੀਓ ਐਡੀਟਿੰਗ ਵੀ ਚੱਲ ਰਹੀ ਹੈਗੀ ਹੈ, ਤੁਸੀਂ ਦੇਖੋਗੇ ਇੱਥੇ। ਅਤੇ ਤੋਂ ਬਾਅਦ ਕਿਉਂਕਿ ਜਿਹੜਾ ਕੱਲ੍ਹ ਆਪਾਂ ਕੀਤਾ ਸੀਗਾ ਸ਼ੂਟ, ਉਹਦੀ ਵੀਡੀਓ ਐਡੀਟਿੰਗ ਕਰਕੇ ਅਤੇ ਫਿਰ ਅੱਜ ਛੇਤੀ ਪਾ ਦਾਂਗੇ ਆਪਾਂ। ਠੀਕ ਹੈ ਜੀ, ਅਤੇ ਇਹ ਤੋਂ ਬਾਅਦ ਫਿਰ ਚੱਲਾਂਗੇ ਵਾਟਰ ਐਕਟੀਵਿਟੀਜ਼ ਕਰਨ। ਤਿਆਰੀਆਂ ਖਿੱਚ ਲਈਆਂ ਨੇ, ਹੁਣ ਚੱਲੇ ਹੈਗੇ ਹਾਂ ਬੀਚ 'ਤੇ। ਹੁਣ ਆਪਾਂ ਚੱਲੇ ਹਾਂ ਜੀ ਸਮੁੰਦਰ ਦੇ ਵਿੱਚ ਤਾਰੀਆਂ ਲਾਉਣ। ਠੀਕ ਹੈ, ਗੋਤੇ ਮਾਰਨ, ਗੋਤੇ ਮਾਰਨ। ਅੱਛਾ ਖਿਆਲ ਰੱਖੀ ਕਿਤੇ ਲੰਘਦਾ ਮੈਂ ਦੁਬਈ ਨਾ ਪਹੁੰਚ ਜਾਵਾਂ ਇੱਧਰੋਂ। ਹਾਂ, ਇਹ ਸਾਂਭ ਕੇ ਰੱਖਣਾ ਪੈਣਾ। ਦੇਖੋ ਜੀ ਮਿੱਠੂ ਸਭ ਤੋਂ ਜ਼ਿਆਦਾ ਐਕਸਾਈਟਿਡ ਹੈ, ਭੱਜੇ ਜਾ ਰਹੇ ਹੈ। ਮੌਸਮ ਦੇ ਮਿਜਾਜ ਫਿਰ ਬਦਲਦੇ ਲੱਗ ਰਿਹਾ, ਉੱਤੇ ਬੱਦਲ ਘੋਰਨ ਲੱਗ ਪਿਆ। ਮੈਂ ਕਹਿੰਦੀ ਹਾਂ ਭੱਜ ਲਓ। ਉਹ ਦੇਖੋ ਜੀ, ਉਹ ਇੱਕ ਮਿੰਟ ਪਾ ਲਓ ਬੈਗ 'ਚ। ਦੋਸਤੋ, ਪਾਣੀ ਨਜ਼ਾਰੇ ਪੂਰੇ ਚੱਲ ਰਹੇ ਆ, ਪਾਣੀ ਬਹੁਤ ਸਾਫ਼ ਆ ਅਤੇ ਤੁਸੀਂ ਦੇਖ ਹੀ ਸਕਦੇ ਹੈਗੇ ਹੋ। ਜ਼ਿਆਦਾ ਅੰਦਰ ਮੈਂ ਜਾਣਾ ਨਹੀਂ ਕਿਉਂਕਿ ਸਵਿਮਿੰਗ 'ਚ ਮੇਰਾ ਹੱਥ ਤੰਗ ਹੈ ਥੋੜ੍ਹਾ ਜਿਹਾ। ਅਤੇ ਆਪਾਂ ਇੱਥੇ ਮਿੱਠੂ ਨਾਲ ਥੋੜ੍ਹਾ ਖੇਡਾਂਗੇ। ਹਾਂਜੀ ਹਾਂਜੀ, ਤੁਹਾਡਾ ਕੀ ਵਿਚਾਰ ਹੈ? ਸਵਿਮ ਕਰਕੇ ਦਿਖਾ ਦਿਓ ਕਿਵੇਂ ਕਰਦੇ ਹੋ। ਲੰਘ ਗਿਆ, ਲੰਘ ਗਿਆ।
खुश है पानी च बहुत खुश है। स्विमिंग भी कर मैनू कहने वाह वाह देखो ऊंचा ही मच्छिया लग रही आ देखो जी आ पानी वाल फिर कहना कहना लेके चलो आ लो देखो हूँ इन तो बस आ ही चाहिए कि पानी च नहीं लेके चलो चल 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 फोन तो नहीं पके differences the same the colors always change but the song is the same now in tune lifting us higher we can see so clear हाँ जी दोस्तों मच्छियां नाल नज़ारे लै रहे हैं तो कुदरत की खूबसूरती आनंद माण रहे हैं तो मच्छियां भी विचों विचों छोटिया छोटिया लंघ जांदियां ने कोलों दी एक ये ओही वाली बैक वाटर्स है जिथों कल वो एड्डी वड्डी फिश उन्होंने फड़ी सी जिहड़ी तुहानू कल दे व्लॉग च फिश वड्डी सारी दिखाई सी वो इत्थों ही फड़ी सी अज मौसम फिर गड़बड़ा गया है जी मैं लगता है सनसैट अज भी किस्मत है नहीं प्रीत है कोई नहीं पर अज वैसे अच्छा टाइम स्पेंड अच्छा टाइम स्पेंड होया चलो जी मिलते हैं फिर हो गए जी रेडी हाँ जी रेडी हो गए तो पाँच सवा पाँच हो गए ने हूँ तो हूँ आप कर रहे हैं जी वापसी गुड बाय बोल रहे हैं गोंडा बीच नू तो बहुत वधिया एक्सपीरियंस रहा साडा इत्थे आन दा ठीक है तो हूँ असी कुछ खाण पीण लई मेरे ख्याल राज किते रुकांगे ठीक है जी अगला प्रोग्राम गड्डी च ठीक है जी चलो फिलहाल आप चलते हैं जी ठीक है भगवान जी बाय बाय बीच हाँ जी शिवा भाई हाँ जी थैंक यू सो मच हाँ हाँ जी भाई हाँ बहुत अच्छा सुनिया ओनर नू भी थैंक्स किया क्योंकि उन्हें सानू काफ़ी ज़्यादा डिस्काउंट दे देता सीगा ते फिर ओदा थैंक्स भी बनता है करना ते चलिए जी चल भी मार चल मित्रा चल 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 आ जा असी भी लोड साडा मिठू कितने लोड हो गया आ देखो जी आ भी लोड हो गया पीछे घूमता फिरता चले जी हूँ एक्चुअली असी ये प्रोग्राम बनाया है कि इतने बहुत ही स्पेशल प्लेस है पिज़्ज़ा दी सो वो असी मिस नहीं करांगे तो हूँ असी खान जावांगे पिज़्ज़ा तो थानू उस प्लेस की स्पेशलिटी जाके दिखाने जी राह च बन गया जी प्लैन ज्योति का शॉपिंग करन दा वेखो आ मार्केट है कपड़िया की बड़ी सोहनी मार्केट है तो असी अगौंडा तो थोड़ा जा दूर आए हैं
मतलब 10-15 मिनट दूर अगर पालोलिम करके एक बीच हैगा, ये भी थोड़ा अगले आने वाले फ्यूचर ब्लॉग्स पालोलिम बीच भी कवर करावे, सोहना रौनकी है। तो आ गई कपड़िया की दुकान, तो ज्योति लगी हुई है सिलेक्शन कर कुछ। हाँ जी सोना किने दा 350 कुछ डिस्काउंट होगा हो जाएगा। चलो ठीक है ठीक है, लो जी डिस्काउंट भी हो जाऊगा, दुकानदार चंगे ने इत्थे। प्यारा लग रहा, लेडीज भी है सारा, टेडिया मेडिया चीजा लै रही है, पानी आती नहीं समझ आ नहीं रहा, पता नहीं की चीज इन्हें लै ली है, स्काफ है कि पता नहीं क्या है, समझ नहीं आ रहा की है। ये हेड हेड एवें पैना है, यूट्यूब तो वीडियो देख ली किवें पैना। ठीक है भैया थैंक यू, लो जी शॉपिंग कर गई हैं, तो हूँ आप बिल पे करा, कि चीज़ा छे चीज़ें ली हैं, छे चीज़ें ली हैं, एक दो लैन आए थे, तो चलो सियानी है ज्योति। थैंक यू, गूगल पे कर दें भैया, कर दो सर। चलो बढ़िया, चलो अगले टाइम हम 50 रुपये ले लेंगे। कोई बात नहीं यार, बिल्कुल यार लेना ही चाहिए यार, हम सब लोग रोजी रोटी के लिए मेहनत करते हैं उसमें। चलो थैंक यू जी, थैंक यू, थैंक यू। शॉपिंग डन, खुश हो गई जी, ये ट्रिप तो बहुत बढ़िया रह गया ज्योति वास्ते। तो हूँ एक्चुअली दे विच जेड़ी असी पिज़्ज़ा खाना सीगा वो शॉप शिफ्ट हो गई है मजौडा, तो मजौडा साढ़े राह च आता है, डेढ़ घंटा दो घंटा, हाँ मतलब ऑलमोस्ट मिड वे च आता है, फिर डिनर हो जाऊ अपना। तो हाँ मतलब असी हूँ मजौडा चलांगे, तो मजौडा मैं पिज़्ज़ा नहीं मिस करना, मैं पिज़्ज़ा खाऊंगी। चलो हूँ थानू मिलते हैं, आई होप सो दैट्स द सेम ब्रांच, बाकी होप फॉर द बेस्ट। बाकी हूँ थानू मिलते हैं जी अगे और रेस्टोरेंट जाके जितों असी पिज़्ज़ा खाना हैगा, तो मेरा जिहड़ा एजेंडा सी इत्थे आउण दा वो पूरा हो गया। कोई गल नहीं, पिज़्ज़े तो खाँदा ही रहिंदा बंदा, शॉपिंग हो गई ना वो बेस्ट है। ठीक है जी चलो मिलते हैं थानू, ये तो पहला प्रीत सुन लैन तो मैनू पिछों गाल आ गए। मिलते हैं जी थानू मजौडा जाके। तो गाइज हूँ लो असी लभ लिया फाइनली यस, इट्स एन इटालियन रेस्टोरेंट, तो रन बाय अ फैमिली ओरिजिनली फ्रॉम इटली ओनली, तो असी बहुत साल आते थे, पहला पालोलिम से, तो हूँ शिफ्ट हो गए ने मजौडा, तो लभ लिया। ठीक है हूँ थोड़ा मैं रेस्टोरेंट दिखाई हैगी, बड़ी सोहनी वाइब आ रेस्टोरेंट की। एक्चुअली स्पेशलिटी की है कि इतने ना वुड फायर ओवन होंगे, वो तुम पिछे लकड़ा देख सकते हो, वो किचन एरिया हैगा बहुत सोहना हैगा। बाकी हले असी पिज़्ज़ा ऑर्डर किया है, आज प्रीत देख सकते हो, तो सानू कॉम्प्लीमेंट्री आए ने गार्लिक ब्रेड स्टिक्स, थानू पिज़्ज़े दे भी दर्शन कराने जी एक बार आ जाए। ठीक है तद तक असी ब्रेड इंजॉय करते हैं। या थैंक यू, थैंक यू। सो गाइस मेरा तो प्रीत का फेवरेट पिज़्ज़ा आ गया, पिज़्ज़ा वेजिटेरियाना एंड स्पेशल ऑलिव ऑयल विद चिलीज, ते आवी चलो पाओ करो कारीगरी। मैं एक गल दसा,
ਬਲੀਵ ਮੀ ਮੈਂ ਬਹੁਤ ਪੀਜ਼ੇ ਦਾ ਸ਼ੌਕੀਨ ਹੈਗਾ ਅਤੇ ਮੈਂ ਬਹੁਤ ਥਾਂ ਥਾਂ 'ਤੇ ਜਾ ਕੇ ਪੀਜ਼ਾ ਕਰਦਾ ਹੈਗਾ ਬਹੁਤ ਥਾਵਾਂ 'ਤੇ ਅੱਛੇ ਅੱਛੇ ਪੀਜ਼ਾ ਮਿਲਦੇ ਹੈਗੇ ਨੇ ਬਟ ਮੇਰੇ ਖਿਆਲ ਨਾਲ ਇੰਡੀਆ ਦੇ ਵਿੱਚ ਰਹਿੰਦੇ ਹੋਏ ਵਰਲਡ ਦਾ ਮੇਰੀ ਨਜ਼ਰਾਂ 'ਚ ਵਰਲਡ ਦਾ ਨੰਬਰ ਵਨ ਪੀਜ਼ਾ ਠੀਕ ਹੈ ਅਤੇ ਹੁਣ ਆਪਾਂ ਕਰਾਂਗੇ ਜੀ ਇਹਨੂੰ ਇੰਜੋਏ ਆਲੋ ਜੀ ਕਾਰੀਗਰੀ ਸ਼ੁਰੂ ਹੋ ਗਈ ਹੈ ਓਲਿਵ ਓਇਲ ਫਿਊ ਡਰੋਪਸ ਆ ਚਲੋ ਗਾਈਜ਼ ਹੁਣ ਖਾ ਲਈਏ ਪੀਜ਼ਾ ਭੁੱਖ ਬਹੁਤ ਲੱਗੀ ਹੈ ਪੇਟ ਪੂਜਾ ਹੋ ਗਈ ਵਧੀਆ ਪੀਜ਼ਾ ਖਾ ਲਿਆ ਅਤੇ ਹੋਲੀਡੇ ਹੋ ਗਈ ਵਧੀਆ ਸਕਸੈਸਫੁਲ ਬੜੀ ਛੋਟੀ ਹੋਲੀਡੇ ਸੀ ਤੁਸੀਂ ਦੇਖੋ ਕੱਲ ਹੀ ਸ਼ੁਰੂ ਕੀਤੀ ਅਤੇ ਅੱਜ ਹੀ ਖਤਮ ਹੋ ਗਈ ਬਟ ਇਹ ਹੋਲੀਡੇ ਦੇ ਵਿੱਚ ਅਸੀਂ ਬਹੁਤ ਕੁਛ ਡਿਫਰੈਂਟ ਕੀਤਾ ਮਤਲਬ ਯੂ ਨੋ ਮਤਲਬ ਬਹੁਤ ਮਜ਼ੇਦਾਰ ਰਹੀ ਹੈ ਨਾ ਸ਼ੋਪਿੰਗ ਵੀ ਕਰ ਲਈ ਬੀਚ ਵੀ ਇੰਜੋਏ ਕਰ ਲਿਆ ਠੀਕ ਹੈ ਇਟਾਲੀਅਨ ਰੈਸਟੋਰੈਂਟ ਵੀ ਇੰਜੋਏ ਕਰ ਲਿਆ ਠੀਕ ਹੈ ਸੋ ਵੀ ਇੰਜੋਏ ਕੈਂਡਲ ਲਾਈਟ ਡਿਨਰ ਹੈ ਨਾ ਉਹ ਵੀ ਕਿੰਨਾ ਪਿਆਰਾ ਸੀਗਾ ਸੋ ਵੀ ਇੰਜੋਏਡ ਅ ਲੋਟ ਅਤੇ ਹੁਣ ਸਾਡਾ ਇੱਥੋਂ ਘਰ ਦਾ ਡਿਸਟੈਂਸ ਰਹਿ ਗਿਆ ਕੋਈ ਆਲਮੋਸਟ ਇੱਕ ਘੰਟੇ ਦਾ ਰਹਿ ਗਿਆ ਇੱਥੋਂ ਦੀ ਘੰਟਾ ਸਵਾ ਘੰਟਾ ਅਤੇ ਲੇਟ ਹੋ ਜੂਗਾ ਸਾਨੂੰ ਪਹੁੰਚਦੇ ਪਹੁੰਚਦੇ ਸੋ ਅੱਜ ਦੀ ਵੀਡੀਓ ਆਪਾਂ ਕਰਦੇ ਹਾਂ ਜੀ ਇੱਥੇ ਹੀ ਓਵਰ ਅਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਅਤੇ ਪਲੀਜ਼ ਜਿਨ੍ਹਾਂ ਨੇ ਨਹੀਂ ਸਬਸਕ੍ਰਾਈਬ ਕੀਤਾ ਸਬਸਕ੍ਰਾਈਬ ਕਰ ਲਿਓ ਅਤੇ ਸ਼ੇਅਰ ਕਰਦੇ ਰਹੋ ਕਿਉਂਕਿ ਵੱਖਰੀਆਂ ਵੀਡੀਓਜ਼ ਹੈਗੀਆਂ ਨੇ ਠੀਕ ਹੈ ਜੀ ਅਤੇ ਉਮੀਦ ਹੈ ਤੁਹਾਨੂੰ ਬਹੁਤ ਪਸੰਦ ਆਈ ਹੋਏਗੀ ਠੀਕ ਹੈ ਜੀ ਅਤੇ ਗੁੱਡ ਬਾਏ ਠੀਕ ਹੈ ਜੀ ਅੱਜ ਦੇ ਲਈ ਟੇਕ ਕੇਅਰ ਬਸ ਹੁਣ ਕਿਉਂਕਿ ਹੁਣ ਥੱਕੇ ਹੋਏ ਹਾਂ ਅਸੀਂ ਘਰ ਜਾ ਕੇ ਬਸ ਸਿੱਧਾ ਬਸ ਪੈ ਜਾਣਾ ਮੰਜੇ ਤੇ ਚਲੋ ਜੀ ਮਿਲਦੇ ਹਾਂ ਗੁੱਡ ਬਾਏ ਗਾਇਜ਼ ਗੁੱਡ ਬਾਏ ਬਾਏ